अगर आपने अभी तक हमारा चैनल सब्सक्राइब नहीं किया तो अभी सब्सक्राइब करें। सब डिवीजन सुल्तानपुर लोधी दे पिंड कालू विखे एक बुजुर्ग विधवा औरत दे कत्ल दे मामले विच थाना सुल्तानपुर लोधी पुलिस ने 3 व्यक्तियों नु गिरफ्तार किया है। इस संबंधी प्रेस कॉन्फ्रेंस नु संबोधन करदिया DSP सुल्तानपुर लोधी सरवण सिंह बाल ने दस्या कि बुजुर्ग महिला 18 मई दिन सोमवार नु पिंड टिब्बा विखे सवेरे 10 बजे पंजाब नेशनल बैंक विचों अपनी पेंशन लैन गई सी, पर ओ घर वापस नहीं आई, जिस दी परिवारिक मैंबरां ने अपने तौर ते काफी भाल कीती। दस्या जा रहा है कि बैंक तो पेंशन ना मिलन तो बाद महिला अपने पिंड वापस आ रही सी, तां रस्ते विच पैसे लुट्टन दी नीयत नाल दोषियों ने उसनु घसीट के नज़दीक पैंदे मक्की दे खेतां विच सुट लिया ते इस तो बाद महिला ने उन्हां दोषियों नु पछाण लिया, जिस करके दोषियों ने उसनु मौत दे घाट उतार दिता। पुलिस वल्लों घटना तो अगले दिन महिला दी लाश खेतां चों बरामद कर ली गई है। फिलहाल थाना सुल्तानपुर लोधी की पुलिस वालों 3 दोषियों नु गिरफ्तार किया गया है। यह अन्ना कतल पुलिस ने तकरीबन 8 घंटे विच ट्रेस करने विच सफलता हासिल की है। सुल्तानपुर लोधी तो राकेश कुमार ते सिमरनजीत सिंह की खास रिपोर्ट, A7 पंजाब। मेरा नाम दिलीप राम है, पिंड कालू। मेरी माता जी वो गए टिब्बे पंजाब नैशनल बैंक तो पेंशन लैन। पेंशन तो मैं 3 बजे तक अं डीकते रहे घर आए नहीं, फिर मैं गया बैंक में, एक दो थावां ते होर भी निजी थावां ते अं पता किया, फोन पर रिश्तेदारों ने किए सारे नहीं आए मिले। फिर मैं रात निकल गई साड़ी, दूजे दिन सवेर नू कल मतलब 19 तरीक उत्थे मतलब मैं बैंक च गया जी 10 बजे। उत्थे मैं जाके बैंक ते मतलब ਉਹਦਾ ਅਕਾਊਂਟ ਚੈੱਕ ਕਰਾਇਆ ਕਿ ਪੈਸੇ ਨਿਕਲੇ ਜਾਂ ਨਹੀਂ, ਡਿਟੇਲ ਕਢਾਈ, ਉੱਥੇ ਪੈਸੇ ਨਹੀਂ ਨਿਕਲੇ ਜੀ, ਉਹਦੇ ਕੋਈ ਪੈਸਾ ਨਹੀਂ ਕਢਾਇਆ। ਉਹਦੇ ਕੋਲ 100-200 ਰੁਪਈਆ ਕੋਈ ਪਹਿਲਾਂ 500 ਉਹ ਵੱਖਰੀ ਗੱਲ ਆ। ਅਤੇ ਹੁਣ ਜਦੋਂ ਮੰਨ ਲਾ ਸਾਨੂੰ ਪਤਾ ਲੱਗਾ ਕੱਲ੍ਹ, ਅਸੀਂ ਲੱਭਦੇ ਮੱਕੀਆਂ 'ਚ ਸਾਰੇ ਫਿਰਦੇ ਤੁਰਦੇ ਰਹੇ ਮੱਕੀ 'ਚ, ਸਾਰੇ ਥਾਂ 'ਤੇ ਫਿਰ ਕੇ ਅਸੀਂ ਫਿਰ ਪਿੰਡ ਦੀ ਇੱਕ ਲਾਗੇ ਬਲਦੇਵ ਸਿੰਘ ਸਰਪੰਚ ਉਹਦੀ ਮੱਕੀ ਵੈਸੇ ਖੇਤ, ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਹੈਗਾ ਮੱਲਾ ਮਾਤਾ, ਉੱਥੇ ਦੇਖੇ ਬੁੜੀਆਂ ਸਾਡੀਆਂ ਨੇ। ਅਤੇ ਅਸੀਂ ਹੁਣ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਨਿਆਂ ਮਿਲ ਜਾਵੇ। ਮਤਲਬ 22 ਆਏ ਉਹਦੇ ਗਲ 'ਚ ਚੁੰਨੀ ਪਾ ਕੇ, ਉਹਨਾਂ ਨੇ ਖਿੱਚ ਕੇ ਖੱਬੇ ਪੈਰ 'ਤੇ ਨਿਸ਼ਾਨ ਦੇ ਮਾੜਾ ਘੜੀਸ ਕੇ, ਪਤਾ ਨਹੀਂ ਕੁਛ ਮਾਰਿਆ ਤਿੱਖਾ ਜਿਹਾ ਕਿੱਦਾਂ ਕੁਛ ਵੀ, ਉਹਨੇ ਖੱਬੇ ਪੈਰ 'ਤੇ ਸੀਗਾ ਨਿਸ਼ਾਨ, ਟੱਕ ਜਿਹਾ ਪਿਆ ਹੈਗਾ, ਗਲ 'ਚ ਚੁੰਨੀ ਪਾ ਕੇ ਘੱਟੋ ਘੱਟ 20 ਕਰਮਾਂ ਅੱਗੇ ਮੱਕੀ ਦੇ ਵਿੱਚ ਲਗਿਆ, ਘੜੀਸ ਕੇ ਲਗਾਇਆ। ਮੰਗ ਇਹੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਜੋ ਵੀ ਘਟਨਾ ਜੀ, ਸਾਨੂੰ ਮੈਨੂੰ ਕੱਲ੍ਹ ਪਰਸੋਂ ਸ਼ਾਮੀ 6 ਵਜੇ ਨੇ ਫੋਨ ਕੀਤਾ ਕਿ ਇੱਦਾਂ ਇੱਦਾਂ ਕਰਕੇ ਮਾਤਾ ਗਈ ਸੀ ਪੈਨਸ਼ਨ ਲੈਣ ਤੋਂ ਵਾਪਸ ਨਹੀਂ ਆਈ। ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਚਲੋ ਆਪਾਂ ਦੇਖਦੇ ਹਾਂ ਕਿਤੇ, ਉਦੋਂ ਇਹ ਘੁੰਮ ਫਿਰ ਕੇ ਆ ਗਿਆ ਸੀ। ਕੱਲ੍ਹ ਸਵੇਰੇ 5:30 ਵਜੇ ਅਸੀਂ ਫਿਰ ਚਲ ਗਏ ਹਾਂ, ਮੱਕੀਆਂ ਮੁੱਕੀਆਂ ਵੇਖਿਆ ਨਹੀਂ ਲੱਭਿਆ। ਫਿਰ ਸਾਰੇ ਅਸੀਂ ਲਾਗੇ ਬੰਨੇ ਪੁੱਛਿਆ ਕਿ ਸਾਰੇ ਰਿਸ਼ਤੇਦਾਰਾਂ ਨੇ ਇਹਨਾਂ ਫੋਨ ਕੀਤੇ। ਕੱਲ੍ਹ ਸ਼ਾਮੀ ਅਸੀਂ ਉੱਥੇ ਫਿਰ ਕੈਮਰੇ ਚੈੱਕ ਕਰਨ ਗਏ ਸੀ, ਜਦੋਂ ਕੈਮਰੇ ਚੈੱਕ ਕਰ ਰਹੇ ਸੀ ਤਾਂ ਉੱਥੋਂ ਪਿੰਡੋਂ ਫੋਨ ਗਿਆ, ਫਿਰ ਪਤਾ ਲੱਗਾ ਕਿ ਮੁੰਡਾ ਕੋਈ ਪਿੰਡ ਛੱਡ ਗਿਆ ਉਹਨੂੰ। ਉਹਦੇ ਆਧਾਰ 'ਤੇ ਫਿਰ ਬੀਬੀਆਂ ਚਲ ਗਈਆਂ ਲਾਗੇ ਮੱਕੀ 'ਚ ਵੇਖਣ, ਉੱਥੇ ਬਾਹਰ ਮਾਸਕ ਪਿਆ ਸੀ ਆੜ ਦੇ ਵਿੱਚ, ਉੱਥੋਂ ਬਾਅਦ ਦੇ ਵਿੱਚ ਉਹਨਾਂ ਨੂੰ ਸ਼ੱਕ ਪਈ ਮਾਸਕ ਆ ਪਿਆ ਵਾ, ਇੱਕ ਰੁਮਾਲ ਸੀ ਉਹਦਾ ਉਹ ਮਿਲ ਗਿਆ। ਫਿਰ ਉੱਥੋਂ ਇਹਨਾਂ ਨੇ ਫੋਨ ਸਾਨੂੰ ਕੀਤਾ, ਫਿਰ ਅਸੀਂ ਆਏ, ਆਣ ਕੇ ਦੇਖਿਆ ਤਾਂ ਮੱਕੀ ਦੇ ਵਿੱਚ ਕੋਈ 20 ਕਦਮ ਜਾ ਕੇ ਦੂਰ ਲਾਸ਼ ਸੀਗੀ। ਇਹ ਕਤਲ ਬਾਵੀ ਨਾਂ ਦੀ ਔਰਤ ਹੈਗੀ ਆ, ਪਿੰਡ ਕਾਲੜੀ ਨੂੰ ਬਿਲੋਂਗ ਕਰਦੇ ਆ, ਬਜ਼ੁਰਗ ਔਰਤ ਸੀ। ਇਹ 18 ਤਰੀਕ ਨੂੰ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਗਏ ਸੀ ਅਤੇ ਇਹ ਘਰ ਨਹੀਂ ਆਏ। ਇਹ ਆਪਣੇ ਤੌਰ 'ਤੇ ਘਰੇਲੂ ਜਿਹੜੇ ਇਹਨਾਂ ਦੇ ਮੈਂਬਰ ਸੀ ਉਹ ਲੱਭਦੇ ਰਹੇ। ਕੱਲ੍ਹ ਇਹਨਾਂ ਸ਼ਾਮ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਸੀ ਵੀ ਇਸ ਤਰ੍ਹਾਂ ਲੇਡੀਜ਼ ਨਹੀਂ ਲੱਭਦੇ, ਉਸ 'ਤੇ ਸਾਡੇ ਸੁਲਤਾਨਪੁਰ ਪੁਲਿਸ ਵੱਲੋਂ ਇੰਸਪੈਕਟਰ ਸਰਬਜੀਤ ਸਿੰਘ ਦੀ ਨਾਲ ਗਸ਼ਤ ਪਾਰਟੀ ਨੂੰ ਉੱਥੇ ਮੌਕੇ 'ਤੇ ਗਏ ਅਤੇ ਤਲਾਸ਼ ਕੀਤੀ ਇਹਦੀ, ਜਿਹੜੀ ਡੈੱਡ ਬੋਡੀ ਮਿਲੀ ਸੀ ਮੱਕੀ ਦੇ ਖੇਤ ਦੇ ਵਿੱਚੋਂ। ਫਿਰ ਇਹ 'ਤੇ FIR 151 ਨੰਬਰ 302 ਦੀ ਦਰਜ ਕੀਤੀ ਗਈ ਅਤੇ ਬਲਾਈਂਡ ਮਰਡਰ ਸੀ ਅਤੇ ਕਰੀਬ 18 ਘੰਟਿਆਂ ਦੇ ਵਿੱਚ ਇਹ ਪੁਲਿਸ ਨੇ ਇਹਨੂੰ ਟਰੇਸ ਕਰ ਲਿਆ ਹੈਗਾ। ਇਹਦੇ ਵਿੱਚ 3 ਦੋਸ਼ੀ ਨੌਜਵਾਨ ਜਿਹੜੇ ਆ ਉਹ ਕਾਲੂ ਪਿੰਡ ਦੇ ਹੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ। ਇਹ ਕਾਰਨ ਇਹ ਸੀ, ਬੈਂਕ 'ਚੋਂ ਆਈ ਸੀ ਅਤੇ ਕੋਈ ਕਾਪੀ ਬਰਾਮ ਸੀ ਬੈਂਕ ਦੀ ਅਤੇ ਉਹ ਜਿਹੜੇ ਇਹ ਨੌਜਵਾਨ ਸੀ ਇਹਨਾਂ ਦੇ ਮਨ ਦੇ ਵਿੱਚ ਸੀ ਵੀ ਇਹਦੇ ਕੋਲ ਪੈਸੇ ਹੋਣੇ ਆ ਕਾਫੀ, ਉਸ ਵਿੱਚ ਇਹਦਾ ਲਾਲਚ ਵਿੱਚ ਆ ਕੇ ਇਹਨਾਂ ਦਾ ਚੁੰਨੀ ਨਾਲ ਗਲਾ ਘੋਟ ਦਿੱਤਾ। ਕੋਈ ਕ੍ਰਿਮੀਨਲ ਰਿਕਾਰਡ ਵੀ ਹੈਗਾ ਜੀ ਇਹਨਾਂ ਤਿੰਨਾਂ ਨੇ? ਨਹੀਂ, ਇਹਨਾਂ ਦਾ ਹਾਲ ਕ੍ਰਿਮੀਨਲ ਇਹੋ ਜਿਹਾ ਕੋਈ ਰਿਕਾਰਡ ਨਹੀਂ ਹੈਗਾ ਜੀ ਇਹਨਾਂ ਨੇ। ਸਾਰੇ ਦੋਸ਼ੀ ਕਾਬੂ ਆ ਚੁੱਕੇ? ਹਾਂਜੀ, 3 ਦੋਸ਼ੀ ਕਾਬੂ ਆ ਚੁੱਕੇ।